बिस्मिल्लाहिर्रहमानिर्रहीम तमाम देखन और सुनने वालों अस्सलामु अलैकुम। तुसी देख रहे हो साडा यूट्यूब चैनल जट जिमीदार विलॉग्स नाम तो। इहनू सबसक्राइब भी करना, लाइक शेयर ते कमेंट भी करदे रहना। और जिस तरह तुसी देख रहे हो मक्की दी फसल जिहड़ी असीं सब तों अगेती जिहड़ी उह काश्त कीती सीगी, और माशाल्लाह इहदी ग्रोथ और इस टाइम बिल्कुल जिहड़ी है निसरन दे नज़दीक, और जिहड़ी किते किते जिहड़े निसरना वी ने स्टार्ट करता मैं तुहानू दिखा देंगा। ਔਰ ਅਸੀਂ ਇਹ ਅਸੀਂ 22 ਜੁਲਾਈ ਨੂੰ ਕਾਸ਼ਤ ਕੀਤੀ ਸੀ, ਔਰ ਇਹਨਾਂ ਦੀਆਂ ਇੱਕ ਦੋ ਵੀਡੀਓ ਅੱਗੇ ਮੈਂ ਆਪਣੇ ਭਾਈਆਂ ਨਾਲ ਕਾਸ਼ਤ ਤੋਂ ਲੱਗ ਕੇ ਮੁਖਤਲਿਫ ਟਾਈਮ ਦੇ ਵਿੱਚ ਜਿਹੜੀਆਂ ਨੇ ਉਹ ਸ਼ੇਅਰ ਕਰਦਾ ਰਿਹਾ ਵਾਂ। ਔਰ 22 ਜੁਲਾਈ ਤੋਂ ਲੱਗ ਕੇ 8 ਸਤੰਬਰ ਹੈ ਅੱਜ, ਕਮੋ ਬੇ 46-47 ਦਿਨ ਦੀ ਸਾਡੀ ਇਹ ਮੱਕੀ ਦੀ ਫਸਲ ਹੋ ਗਈ ਹੈ ਜਿਹੜੀ ਅਸੀਂ ਕਿ ਅਗੇਤੀ ਕਾਸ਼ਤ ਕੀਤੀ ਸੀ। ਔਰ ਮਾਸ਼ਾਅੱਲਾ ਕੱਦ ਵੀ ਇਹਦਾ ਤਕਰੀਬਨ ਇਸ ਟਾਈਮ ਮੈਂ ਕਹਿੰਦਾ 6 ਫੁੱਟ ਤੋਂ ਉੱਪਰ ਹੋਏਗਾ। ਔਰ ਮਾਸ਼ਾਅੱਲਾ ਇਹਨੇ ਨਿਸਰਨਾ ਵੀ ਜਿਹੜਾ ਵਾ ਉਹ ਸਟਾਰਟ ਕਰਤਾ ਵਾ, ਗਰੋਥ ਵੀ ਇਹਨੇ ਸਹੀ ਕੀਤੀ ਆ, ਠੀਕ ਹੈ। ਔਰ 46-47 ਦਿਨ ਦੇ ਵਿੱਚ ਮੈਂ ਤੁਹਾਨੂੰ ਹੁਣ ਦਿਖਾ ਦਿੰਦਾ ਕਿ ਸਿੱਟੇ ਜਿਹੜੇ ਕੱਢਣੇ ਸਟਾਰਟ ਇਹਨੇ ਕਰ ਦਿੱਤੇ ਨੇ। ਇਹ ਤੁਸੀਂ ਦੇਖ ਸਕਦੇ ਜੀ ਮਾਸ਼ਾਅੱਲਾ ਫੁੱਲ ਨਹੀਂ, ਲੇਕਿਨ ਕੁਝ ਚੰਦ ਪਰਸੈਂਟ ਜਿਹੜੇ ਨੇ ਉਹ ਨਿਸਰਨਾ ਜਿਹੜਾ ਹੁਣ ਇਹਨੇ 46-47 ਦਿਨ ਬਾਅਦ ਹੀ ਵੀ 40-40 ਜਿਹੜਾ ਬੀ ਉਹ ਕਾਸ਼ਤ ਕੀਤਾ ਸੀ ਪਾਈਨੀਅਰ ਵਾਲਿਆਂ ਦਾ, ਠੀਕ ਹੈ। ਔਰ ਪਿਛਲੇ ਸਾਲ ਵੀ ਕਾਸ਼ਤ ਕੀਤਾ, ਅੱਛੀ ਵਰਾਇਟੀ ਹੈਗੀ ਹੈ, ਅਡਕਲਬ ਵਾਲਿਆਂ ਦੇ ਵੀ ਕਾਸ਼ਤ ਕੀਤੇ ਨੇ, ਠੀਕ ਹੈ। ਅੱਛੀ ਵਰਾਇਟੀ ਹੈ, ਔਰ 3 ਯੂਰੀਆ, 1 DAP, 2 ਸਪਰੇਵਾਂ ਔਰ 1 ਦਾਣੇਦਾਰ ਅਤੇ ਇਸ ਟਾਈਮ ਤੱਕ ਇਹ ਫਸਲ ਜਿਹੜੀ ਕੜੀ ਆ, ਔਰ ਅੱਛੀ ਮਾਸ਼ਾਅੱਲਾ ਗਰੋਥ ਹੈ। ਔਰ ਐਰੀਫੈਨ ਵਾਲੀ ਜਗ੍ਹਾ 'ਤੇ ਅਸੀਂ ਜਿਹੜੀ ਆ ਕਾਸ਼ਤ ਕੀਤੀ ਸੀਗੀ। ਔਰ ਦੂਸਰੀ ਮੈਂ ਇਹ ਗੱਲ ਕਰਨਾ ਚਾਹ ਰਿਹਾ ਆਪਣੇ ਭਾਈਆਂ ਦੇ ਨਾਲ ਕਿ ਮੱਕੀ ਦੀ ਜਿਹੜੀ ਫਸਲ ਆਪਾਂ ਚਾਹੇ ਅਗਸਤ 'ਚ ਕਾਸ਼ਤ ਕੀਤੀ, ਸਤੰਬਰ 'ਚ ਕਾਸ਼ਤ ਕੀਤੀ ਆ, ਜਦੋਂ ਵੀ ਕਾਸ਼ਤ ਕੀਤੀ ਆ ਕੋਸ਼ਿਸ਼ ਕਰੋ ਕਿ ਹੁਣ ਤਕਰੀਬਨ ਜਿਹੜੇ ਆ 20-25 ਦਿਨ ਜਾਂ ਮਹੀਨਾ ਇਸ ਤੋਂ ਬਾਅਦ ਜਿਹੜੀ ਹੁਣ ਧੁੱਪ ਚੰਗੀ ਲੱਗਦੀ ਪਈ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਖੁਰਾਕ ਜਿਹੜੀ ਆ ਉਹ ਮੁਕੰਮਲ ਕਰ ਲਈ ਜਾਵੇ, ਕਿਉਂਕਿ ਜਿਵੇਂ ਧੁੱਪ ਪੈ ਗਈ ਔਰ ਗਰਮੀ ਪੈਂਦੀ ਨਾ ਫਿਰ ਕੱਦ ਕੁੱਦ ਚੰਗਾ ਕਰ ਜਾਂਦੀਆਂ ਨੇ, ਠੀਕ ਹੈ। ਅੱਗੇ ਠੰਡ ਜਦੋਂ ਸਟਾਰਟ ਹੋ ਜਾਂਦੀ ਫਿਰ ਇੰਨਾ ਜ਼ਿਆਦਾ ਕੱਦ ਨਹੀਂ ਕਰਦੀਆਂ, ਫਿਰ ਜਿੰਨੀ ਮਰਜ਼ੀ ਖੁਰਾਕ ਦਿੱਤੀ ਰੱਖੋਗੇ ਫਿਰ ਉਸ ਹਿਸਾਬ ਨਾਲ ਇਹਨਾਂ ਦੀ ਗਰੋਥ ਨਹੀਂ ਹੁੰਦੀ, ਜਿਉਂ ਹੀ ਠੰਡ ਜਿਹੜੀ ਉਹ ਸਟਾਰਟ ਹੋ ਜਾਂਦੀ। ਇਸ ਲਈ ਕੋਸ਼ਿਸ਼ ਇਹ ਕਰੋ ਕਿ ਇਹ ਹੁਣ ਤਕਰੀਬਨ 20-25 ਦਿਨਾਂ ਬਾਅਦ ਜਿਹੜੀ ਠੰਡ ਉਹ ਸਟਾਰਟ ਹੋ ਜਾਣੀ ਹੈ, ਧੁੱਪਾਂ ਫਿਰ ਘੱਟ ਜਾਂਦੀਆਂ ਨੇ, ਠੰਡ ਜਿਹੜੀ ਰਾਤ ਨੂੰ ਵੀ ਜ਼ਿਆਦਾ ਪੈਣ ਲੱਗ ਪੈਂਦੀ, ਉਹਦੇ ਵਜ੍ਹਾ ਨਾਲ ਫਿਰ ਇਹਦੀ ਗਰੋਥ ਜਿਹੜੀ ਆ ਉਹ ਰੁਕ ਜਾਂਦੀ ਹੈ, ਕੱਦ ਜ਼ਿਆਦਾ ਨਹੀਂ ਕਰਦੀ। ਇਸ ਵਾਸਤੇ ਉਹਨੂੰ ਖੁਰਾਕ ਚਾਹੇ ਹੁਣ ਤੁਸੀਂ ਪਿਛੇਤੀ ਕਾਸ਼ਤ ਕੀਤੀ ਹੈ ਚਾਹੇ ਥੋੜ੍ਹੀ ਅਗੇਤੀ ਅਤੇ ਤਕਰੀਬਨ ਹੁਣ ਨਿਸਰ ਗਈ, ਉਹਨ 'ਤੇ ਹੁਣ ਕੋਈ 1-2 ਬੋਰੀਆਂ ਲੱਗਣਗੀਆਂ ਤਾਂ ਉਹ ਅਲਹਮਦੁਲਿਲਾ ਪੱਕ ਜਾਏਗੀ। ਬਾਕੀ ਜਿੰਨੀ ਵੀ ਪਿਛੇਤੀ ਹੁਣ ਕਾਸ਼ਤ ਹੋ ਗਈ ਆ ਤਕਰੀਬਨ ਮੈਂ ਕਹਿੰਦਾ ਵਾ 99% ਲੋਕਾਂ ਜਿਹੜੀ ਕਾਸ਼ਤ ਕਰ ਲਈ ਹੋਣੀ ਹੈ, ਅਤੇ ਤੁਹਾਡੇ ਕੋਲ ਹੁਣ ਮਹੀਨੇ ਕੁ ਦਾ ਟਾਈਮ ਹੈਗਾ। ਇਸ ਮਹੀਨੇ ਦੇ ਵਿੱਚ ਇਹਦੀ ਖੁਰਾਕ ਜਿਹੜੀ ਉਹ ਕੰਪਲੀਟ ਜਿਹੜੀ ਉਹ ਕਰੋ, ਇਹਦਾ ਕੱਦ ਛੱਦ ਜਿਹੜਾ ਇਸ ਮਹੀਨੇ 'ਚ ਕਰੇਗੀ ਸਤੰਬਰ ਦਾ ਮਹੀਨਾ ਜਿਹੜਾ ਵਾ, ਅਕਤੂਬਰ ਦੇ ਵਿੱਚ ਫਿਰ ਜ਼ਿਆਦਾ ਜਿਹੜੀ ਉਹ ਠੰਡ ਜਿਹੜੀ ਉਹ ਸਟਾਰਟ ਹੋ ਜਾਂਦੀ, ਫਿਰ ਉੱਥੇ ਹੀ ਰੁਕ ਜਾਂਦੀ, ਕੱਦ ਨਹੀਂ ਕਰਦੀ ਉਸ ਹਿਸਾਬ ਨਾਲ ਫਲ ਦੀ ਫੁੱਲ ਦੀ ਨਹੀਂ। ਔਰ ਮਾਸ਼ਾਅੱਲਾ ਅੱਛੀ ਹੈ, ਔਰ ਜਿਹੜੀ ਪਿਛੇਤੀ ਅਸੀਂ ਕਾਸ਼ਤ ਕੀਤੀ ਉਹਨੂੰ ਵੀ ਖੁਰਾਕ ਹੁਣ ਜਿਹੜੀ ਉਹ ਅਸੀਂ ਦਿੱਤੀ ਜਾਂਦੇ, ਕੋਈ ਦਾਣੇਦਾਰ ਪਾਈ ਜਾਂਦੇ, ਕੋਈ ਸਪਰੇਅ ਕਰੀ ਜਾਂਦੇ ਹਾਂ। ਬਾਕੀ ਇਨਸ਼ਾਅੱਲਾ ਤਾਲਾ ਸਾਰੀਆਂ ਵਰਾਇਟੀਆਂ ਐਤਕੀ ਆਪਣੇ ਭਾਈਆਂ ਦੇ ਨਾਲ ਮੈਂ ਸ਼ੇਅਰ ਕਰਾਂਗਾ ਕਿ ਕਿਹੜੀ ਵਰਾਇਟੀ ਨੇ ਕਿੰਨਾ ਝਾੜ ਦਿੱਤਾ, ਕਿਹੜੀ ਅਸੀਂ ਉਹਨੂੰ ਖੁਰਾਕ ਦਿੱਤੀ, ਕੀ ਰੇਟ ਲੱਗਿਆ, ਟੋਟਲ ਡਿਟੇਲ ਜਿਹੜੀ ਗਾਇਬ ਗਿਆ ਮੈਂ ਆਪਣੇ ਭਾਈਆਂ ਦੇ ਨਾਲ ਸ਼ੇਅਰ ਕਰਦਾ ਰਹਾਂਗਾ। ਬਾਕੀ ਦੁਆ ਮੈਂ ਯਾਦ ਰੱਖੇਗਾ, ਆਪਣਾ ਖਿਆਲ ਰੱਖੇਗਾ, ਅੱਲਾ ਨਿਗੇਬਾਨ।